ਗੁਰਦਾਸਪੁਰ ਪੁਲਿਸ ਨੇ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਸਣੇ 9 ਵਿਅਕਤੀਆਂ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਗੁਰਦਾਸਪੁਰ ਵਿੱਚ AGM ਮਾਲ ਦੀ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਮਗਰੋਂ 99 ਸਾਲ ਲਈ ਪੱਟੇ ਉੱਪਰ ਦੇਣ ਦੇ ਇਲਜ਼ਾਮ ਤਹਿਤ ਦਰਜ ਕੀਤਾ ਗਿਆ। ਮੈਂ ਪਹਿਲਾਂ ਹੀ ਸਟੈਪ ਚੁੱਕ ਕੇ ਪਹਿਲਾਂ ਇੱਥੋਂ ਉਜਾਗਰ ਕੀਤਾ, ਇਹਨਾਂ ਮਾਲ ਦੀ ਜਿਹੜੀ ਰਜਿਸਟਰੀ ਆ ਗਲਤ ਕਰਾਈ ਆ ਅਤੇ ਮਾਲ ਦੀ ਗਲਤ ਜਗ੍ਹਾ 'ਤੇ ਬਣਾਇਆ ਗਿਆ। ਇਹਦੋਂ ਬਾਅਦ ਇੱਕ ਮਾਈ ਦਾ ਤਲਾਬ ਆ, ਮਾਈ ਦੇ ਤਲਾਬ 'ਤੇ ਵੀ 50 ਲੱਖ ਦਾ ਕਬਜ਼ਾ ਕੀਤਾ ਹੋਇਆ ਵਾ। ਇਹਦੋਂ ਬਾਅਦ ਕਾਫੀ ਆ, ਤੁਹਾਨੂੰ ਵੀ ਪਤਾ ਵੀ ਅਖਬਾਰਾਂ 'ਚ ਆਉਂਦਾ ਰਿਹਾ, ਗੋਪਾਲਾਂ ਮੰਦਰ 'ਚ ਵੀ ਰੌਲਾ ਪੈਂਦਾ ਰਿਹਾ, ਹੋਰ ਵੀ ਪਲਾਟਾਂ ਬੜਾ ਰੌਲਾ ਪਿਆ। ਹੌਲੀ ਹੌਲੀ ਮੈਂ ਸਾਰੇ ਹੀ ਇਹਨੂੰ ਨੰਗਾ ਕਰਾਂਗਾ, ਜੋ ਵੀ ਇਹਨੇ ਕਬਜ਼ੇ ਕੀਤੇ ਆ ਇਹਨਾਂ ਦੁਨੀਆ ਦੇ ਸਾਹਮਣੇ ਨੰਗਾ ਕਰਕੇ ਦੱਸਾਂਗਾ ਵੀ 10 ਸਾਲ ਦੀ ਤਾਕਤ ਵਿੱਚ ਇਹਨੇ ਕੀ ਕੀਤਾ। ਪੁਲਿਸ ਦੇ ਮੁਤਾਬਕ ਬੱਬੇਹਾਲੀ ਪਿੰਡ ਦੇ ਮਲੂਕ ਸਿੰਘ ਦੀ ਸ਼ਿਕਾਇਤ ਮਗਰੋਂ ਮਾਮਲੇ ਦੀ ਜਾਂਚ ਕੀਤੀ ਗਈ ਹੈ। ਇਸ ਤੋਂ ਬਾਅਦ ਹੀ 9 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ 'ਚ ਸਰਦਾਰ ਮਲੂਕ ਸਿੰਘ ਦੀ ਕੰਪਲੇਂਟ ਦੇ DSP ਸਰਦਾਰ ਗੁਰਵੰਤ ਸਿੰਘ ਬੈਂਸ ਜੀ ਨੇ ਇਨਕੁਆਇਰੀ ਕੀਤੀ ਹੈ। ਇਹਦੇ ਸੰਬੰਧ ਵਿੱਚ ਜਿਹੜਾ ਹੈਗਾ 120B ਦਾ ਪਰਚਾ ਜਿਹੜਾ ਦਰਜ ਕੀਤਾ ਹੈ ਉਹ ਹੇਠ ਲਿਖੇ ਦੇ ਦੋਸ਼ੀ ਹੈ। ਨੰਬਰ 1 ਹੈ ਸਤੀਸ਼ ਕੁਮਾਰ, ਨੰਬਰ 2 ਅਮਰਜੋਤ ਸਿੰਘ, ਨੰਬਰ 3 ਹੀਰਾ ਸਿੰਘ, ਨੰਬਰ 4 ਰੂਪਲਾਲ, ਨੰਬਰ 5 ਹੈਗੇ ਰਾਮਲਾਲ, ਨੰਬਰਦਾਰ ਵਿਪਨ ਕੁਮਾਰ, ਦਰਸ਼ਨ ਕੁਮਾਰ ਅਤੇ ਵਿਨੋਦ ਕੁਮਾਰ ਅਤੇ ਪ੍ਰੇਮਨਾਥ ਨੰਬਰਦਾਰ। ਇਹਨਾਂ ਨੇ ਕੁਛ ਜਾਲੀ ਡਾਕੂਮੈਂਟ ਬਣਾ ਕੇ ਜਿਹੜੀ ਹੈ ਕੋਈ ਰਜਿਸਟਰੀ ਵਗੈਰਾ ਕੀਤੀ ਹੈ, ਉਹਦੇ ਸੰਬੰਧ 'ਚ ਜਿਹੜੀ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਕਰਤੀ ਹੈ। ਜੋ ਵੀ ਅੱਗੇ ਤਫਤੀਸ਼ ਚਾਹੇਗਾ ਉਹਦੇ ਮੁਤਾਬਕ ਜਿਹੜਾ ਆ ਕਾਰਵਾਈ ਕੀਤੀ ਜਾਏ। ਦੂਜੇ ਪਾਸੇ ਬੱਬੇਹਾਲੀ ਦਾ ਪੱਖ ਜਾਣਨਾ ਚਾਹਿਆ ਤਾਂ ਪਤਾ ਲੱਗਾ ਕਿ ਉਹ ਸ਼ਹਿਰ ਤੋਂ ਬਾਹਰ ਨੇ। ਸੂਤਰਾਂ ਦੇ ਮੁਤਾਬਕ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਉਹ ਆਪਣਾ ਪੱਖ ਰੱਖਣਗੇ। ਗੁਰਦਾਸਪੁਰ ਤੋਂ ਬਿੱਟੂ ਬਿਸ਼ੰਬਰ ਦੀ ਰਿਪੋਰਟ।